ਸਪਰੇਅ ਹੋਈ ਨਾ ਪਾਚਣ ਪੈਂਟ ਪੀ ਟੀ ਕਰਾਉਣਗੇ ਇੱਥੇ ਖੜਦੇ 10 ਮਿੰਟ ਇੱਕ ਸੈੱਲ ਵਾਲੇ ਜੀਵ ਦਾ ਨਾਂ ਅੰਬੀਬਾ ਤੇ ਪੈਰਾਮੀਸ਼ੀਅਮ ਠੀਕ ਹੈ ਹਾਂਜੀ ਯਾਦ ਹੋ ਗਿਆ ਸਾਰਿਆਂ ਨੂੰ ਹਾਂਜੀ ਚਲੋ ਬੋਲੋ ਅੰਬੀਬਾ ਤੇ ਪੈਰਾਮੀਸ਼ੀਅਮ ਹੁਣ ਤਾਂ ਨਹੀਂ ਭੁੱਲਦੇ ਹਾਂਜੀ ਜੇ ਹੁਣ ਭੁੱਲ ਗਏ ਨਾ ਸੈੱਲ ਲਾ ਦੂੰ ਤੁਹਾਡੀ ਮੈਂ ਕੱਲੇ ਕੱਲੇ ਠੀਕ ਹੈ ਠੀਕ ਹੈ ਮੇਰੇ ਸਾਰੇ ਨਲਾਇਕ ਹੁਣ ਮੈਂ ਤੁਹਾਨੂੰ ਸਿੱਧਾ ਸਿੱਧਾ ਸੌਖਾ ਕੁਆਸਚਨ ਪੁੱਛਦਾ ਠੀਕ ਹੈ ਇੱਕ ਅੱਛਾ ਜੀ ਦੇਸੀ ਸਵਾਲ ਆ ਠੀਕ ਹੈ ਜੱਟੂ ਜੇ ਨਾ ਆਇਆ ਸਾਰਿਆਂ ਦੇ ਸੈੱਲ ਦੇੜ ਦੂੰ ਮੈਂ ਠੀਕ ਹੈ ਜੀ ਹੁਣ ਕੰਜਰੋ ਆ ਤਾਂ ਸੌਖਾ ਸਵਾਲ ਆ ਜਾਵਾਂ ਠੀਕ ਹੈ ਜੇ ਨਹੀਂ ਦੱਸ ਸਕਦੇ ਤੁਹਾਡਾ ਕੁਛ ਨਹੀਂ ਬਣਨਾ ਚਲੋ ਤੂੰ ਨੱਚ ਕੱਢ ਸਾਰੇ ਦਾ ਘੋਰ ਕੰਡੇ ਨੇ ਘੋਰ ਕੰਡੇ ਨੇ ਸਰ ਜੀ ਮੈਨੂੰ ਪਤਾ ਜੀ ਮੈਨੂੰ ਪਤਾ ਉਹ ਵੈਰੀ ਗੁੱਡ ਸਾਵਾਸ ਆਹ ਦੱਸ ਸਰ ਉੱਚੀ ਬੋਲ ਕੇ ਦੱਸੀ ਠੀਕ ਹੈ ਠੀਕ ਹੈ ਠੀਕ ਹੈ ਸਰ ਜੀ ਇਹ ਜੀ ਬੰਦੇ ਦਾ ਮੂੰਹ ਤਾਂ ਜੀ ਆਇਆ ਬੰਦਾ ਐ ਨੂੰ ਦਾ ਹੁੰਦਾ ਮੇਰਾ ਸਾਲਾ ਨਲਾਇਕਾ ਬੋਲ ਕੇ ਜੀ ਇਹ ਸਾਲਾ ਬਲਦੂ ਦਾ ਮੂੰਹ ਦਾ ਸੌਖਾ ਸਵਾਲ ਪੁੱਛਦਾ ਜਾਵਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਦੇਖੋ ਚੀਜ਼ ਇੱਕ ਆ ਥੱਲੇ ਨੂੰ ਜਾਂਦੀ ਆ ਤੇ ਨਾ ਬਦਲੇ ਤੁਰੇ ਜਾਂਦੇ ਨੇ ਤੈਨੂੰ ਪਤਾ ਓਏ ਤੂੰ ਦੱਸ ਓਏ ਹਾਂਜੀ ਮੈਨੂੰ ਪਤਾ ਜੀ ਤੈਨੂੰ ਪਤਾ
ਉੱਚੀ ਬੋਲੀ ਨੇ ਸਾਰਿਆਂ ਨੂੰ ਸੁਣਾ। ਠੀਕ ਹੈ ਸਰ ਜੀ। ਸਰ ਜੀ ਬਾਲ ਨੇ ਜੀ। ਬਾਲ ਕਿਵੇਂ ਨੇ ਸਰ ਜੀ? ਦੇਖੋ ਜੀ ਬਾਲ ਸਿਰ ਦੇ ਵਾਲ, ਬਾਲ ਸਹੇਲੀ ਦੇ ਵਾਲ। ਵੈਰੀ ਗੁੱਡ, ਸਾਵਾ ਸਾਵਾ। ਸਰ ਜੀ ਬਾਲ ਮੁੱਛਾਂ ਦੇ ਵਾਲ, ਬਾਲ ਦਾੜੀ ਦੇ ਵਾਲ ਜੀ। ਓ ਵੈਰੀ ਗੁੱਡ, ਸਾਵਾ ਸਾਵਾ। ਸਰ ਜੀ ਬਾਲ ਛਾਤੀ ਦੇ ਵਾਲ, ਬਾਲ ਢਿੱਡ ਦੇ ਵਾਲ। ਇਦੋਂ ਥੱਲੇ ਗਾ ਤੇਰੀ ਮਾਂ ਚੋਲ ਦੂ ਫੜ ਦੇ ਭੋਸੜੀ ਦਾ ਸਾਲਾ। ਗੰਦਾ ਸਟੂਡੈਂਟ, ਅਲਦੀ ਸੋਚ ਹੀ ਗੰਦੀ ਆ, ਸਾਰੀ ਕਲਾਸ ਖਰਾਬ ਕਰਕੇ ਰੱਖਦੀ। ਇਹ ਨਾਲ ਨਹੀਂ ਬਣਾ ਕੇ ਇਹਨੇ ਖੜਾ ਦੇ ਦੇ। ਸਵਾਲ ਪੁੱਛਣਾ ਸਰ ਜੀ? ਮੈਨੂੰ ਪੁੱਛੋ, ਮੈਨੂੰ ਸਾਰੇ ਜਵਾਬ ਆ। ਕਿਹੜਾ ਮਰਜ਼ੀ ਸਵਾਲ ਪੁੱਛੋ। ਨਹੀਂ ਨਹੀਂ ਸਰ ਜੀ, ਇਹ ਬੱਚੇ ਨੂੰ ਨਹੀਂ ਸਵਾਲ ਪੁੱਛਣਾ, ਜਿਹੜੇ ਮਰਜ਼ੀ ਉਠਾ ਕੇ ਪੁੱਛ ਲੈਣ। ਚੁੱਪ ਕਰਕੇ ਕਰ ਜਾ ਭੋਸੜੀ ਦਾ ਸਵਾਲ। ਪੁੱਛਣਾ ਤਾਂ ਇਸੇ ਤੋਂ ਪੁੱਛਣਾ, ਹੋਰ ਕਿਸੇ ਤੋਂ ਨਹੀਂ ਮੈਂ ਪੁੱਛਦਾ। ਹਾਂਜੀ ਬੱਚਾ, ਇਹ ਦੱਸੋ ਵੀ ਸਭ ਤੋਂ ਪਹਿਲਾਂ ਕਿਹੜੀ ਚੀਜ਼ ਪਾੜਦੀ ਹੈ? ਸਰ ਜੀ ਦੱਸਾਂ ਜੀ। ਹਾਂਜੀ, ਗੁੱਸਾ ਤਾਂ ਨਹੀਂ ਕਰਦੀ? ਨਹੀਂ ਸਰ ਜੀ। ਸਭ ਤੋਂ ਪਹਿਲਾਂ ਗੁੰਡ ਪਾੜਦੀ ਹੈ ਜੀ। ਅੱਛਾ, ਉਹ ਕਿਵੇਂ ਪਾੜਦੀ ਹੈ? ਸਰ ਜੀ ਦੇਖੋ ਜੀ, ਤੁਸੀਂ ਮੇਰੇ ਤੋਂ ਸਵਾਲ ਪੁੱਛ ਦਿਓ, ਮੈਂ ਤੁਹਾਨੂੰ ਜਵਾਬ ਦਿੰਦਾ ਜੀ। ਆਹ ਹੈਡ ਮਾਸਟਰ ਦੀ ਐਵੇਂ ਗੁੰਡ ਪਾਟੀ ਜਾਂਦੇ ਜੀ। ਤੈਨੂੰ ਗੱਲ ਕਰਨ ਦੀ ਅਕਲ ਨਹੀਂ? ਨਹੀਂ ਨਹੀਂ ਹੁਣੇ ਬੁਲਾ ਕੇ ਲਿਆ। ਗੱਲ ਕਰਨ ਦੀ ਅਕਲ ਨੀ? ਕਿਵੇਂ ਗੱਲ ਕਰਦੇ ਹੁੰਦੇ ਨੇ ਇਹੋ ਜਿਹੇ ਬੱਚੇ? ਕਿਉਂ ਰੱਖੇ ਤੁਸੀਂ ਕਲਾਸ ਚ? ਕੋਈ ਗੱਲ ਨਹੀਂ, ਬੈਠੋ। ਚਲੋ ਤੁਸੀਂ ਦੋ ਜਾਣੇ ਕੁਰਸੀ ਚੱਕ ਲਿਆ। ਬਾਕੀ ਜਮੀ ਬੱਚਿਆਂ ਨੂੰ ਆਖਣੀ ਹੈਗੀ ਜੀ, ਜਮੀ ਬਦਤਮੀਜ਼ੀ, ਇਹਨੇ ਬਦਤਮੀਜ਼ੀ ਬੱਚੇ ਜੀ। ਪੁੱਛੋ ਨਾ ਜੀ, ਇਹਨਾਂ ਨੂੰ ਤਾਂ ਮਾੜਾ ਮਤਲਬ ਸਮਝਾਓ ਜੀ, ਇਹਨਾਂ ਨੂੰ ਤੁਹਾਡੇ ਰਿਜ਼ਲਟ ਕਰਦਾ ਆਊ ਜੀ। ਇਹਦੇ ਨਾਲ ਉਹਨੂੰ ਪੁੱਛ ਦਿਓ ਜੀ, ਇਹਦਾ ਜਵਾਬ ਵਿੱਚ ਕੰਪਿਊਟਰ ਕਰਨ ਲੱਗੇ ਹੋਏ ਨੇ। ਬੁੜਾ ਭਾਲਣਾ, ਜਗਾੜ ਕਰਨਾ ਬਾਪੂ ਤਾਂ ਨਹੀਂ, ਕੁੱਟ ਕੁੱਟ ਮਾਰ। ਚਾਂਟਾ ਬੜਾ ਵਿਹਲਾ ਬੈਠਾ, ਉਹੀ ਦੇਖ। ਉਹ ਕੀ ਹਾਲ ਆ ਚਾਂਟਾ ਤਾਇਆ? ਵਧੀਆ ਵੀ, ਕਿੱਧਰ ਫਿਰਦਾ ਹੈ? ਬਹੁਤੇ ਸ਼ੱਕ ਥੋੜਾ ਮੋਟਾ ਸਮਝਾਓ ਜੀ। ਹਾਂਜੀ, ਇੰਨੇ ਅਸਲੀਲ ਸ਼ਬਦ ਵਰਤਦਾ ਨਾ, ਮੈਨੂੰ ਸੁਣੇ ਨੀ ਗਏ ਜੀ। ਇਹਦਾ ਭੋਸੜੀ ਦਾ ਹੈ ਹੀ ਇਹ ਜਿਹਾ, ਭੈਣ ਚੋਦ ਨੇ ਮੇਰੀ ਬੁੱਢ ਲੈਣੀ ਕਰੀ ਪਈ ਆ। ਮੈਂ ਪਰਸੋਂ ਚ ਉੱਥੇ ਪੌੜੀ ਲੈ ਕੇ ਬੋਤੀ ਲਈ ਜਾਵਾਂ, ਭੈਣ ਚੋਦ ਪੌੜੀ ਖਿੱਚ ਕੇ ਬਚ ਗਿਆ। ਤੁਸੀਂ ਪੜ੍ਹ ਲਿਆ ਕਰੋ ਮਾੜਾ ਮੋਟਾ, ਤੁਸੀਂ ਮੇਰੀ ਇਲਾਜ ਰੱਖ ਦੋ। ਅਗਲੇ ਸਾਲ ਮੈਂ ਪ੍ਰੋਫੈਸਰ ਬਣਨਾ ਸੀ, ਪ੍ਰਮੋਸ਼ਨ ਹੋਣੀ ਸੀ ਮੇਰੀ, ਪਰ ਰਹਿੰਦੀ ਖੁੰਦੀ ਪ੍ਰੋਡਿਊਸਰ ਤੁਸੀਂ ਬੁੜੇ ਨੇ ਜਮਾ ਕਸਰ ਕੱਢਤੀ, ਜੀਰੋ ਕਰਤਾ ਸਕੂਲ ਡੀਓ ਸਾਹਮਣੇ। ਉਹ ਤੁਸੀਂ ਪੜ੍ਹ ਲਿਆ ਕਰੋ ਮਾੜਾ ਮੋਟਾ, ਇਲਾਜ ਰੱਖ ਦਿਓ ਮੇਰੀ। ਮੈਂ ਨਹੀਂ ਤੁਹਾਡੇ ਸਕੂਲ 'ਚ ਰਹਿਣਾ ਅੱਜ ਬਾਅਦ, ਹੁਣ ਉਹਦਾ ਬਦਲੀ ਕਰਾ ਕੇ ਜਾਂਦਾ ਗਾਂ ਸਕੂਲ 'ਚ। ਇੱਥੇ ਕੋਈ ਨਹੀਂ ਪੜ੍ਹਾਉਣ ਵਾਲਾ ਆਉਣਾ ਤੁਹਾਨੂੰ, ਕੰਜਰੋ ਮਾਈ ਮੱਥਾ ਮਾਰੀ ਹੈ ਨਾ ਤੁਹਾਡੇ ਨਾਲ, ਮੈਗਜ਼ ਖਪਾਈ ਕਰਦਾ। ਪੜ੍ਹ ਲਿਆ ਕਰੋ ਥੋੜ੍ਹਾ ਮੋਟਾ। ਇੰਨੇ ਗੰਦੇ ਬੱਚੇ ਇੱਥੋਂ ਦੇ, ਇਹਨਾਂ ਦੇ ਟੀਚਰ ਪਤਾ ਨਹੀਂ ਕਿਵੇਂ ਕੱਟਦੇ ਹੋਣਗੇ। ਸਾਰੀ ਉਮਰ